ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਪੈਂਦੇ ਇਲਾਕੇ ਵਿੱਚ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਡਾਲਡਾ ਘਿਓ ਦੇ ਵਿੱਚ ਦੇਸੀ ਘਿਓ ਮਿਲਾ ਕੇ ਨਕਲੀ ਦੇਸੀ ਘਿਓ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਉਕਤ ਛਾਪੇਮਾਰੀ ਵਿੱਚ ਨਕਲੀ ਘਿਓ ਬਣਾਉਣ ਵਾਲੇ ਸਮਾਨ ਦੇ ਨਾਲ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸਿਹਤ ਵਿਭਾਗ ਦੀ ਟੀਮ ਨੇ ਦੇਸੀ ਘਿਓ ਦੇ ਸੈਂਪਲ ਵੀ ਭਰੇ ਅਤੇ ਸੈਂਪਲ ਨੂੰ ਖਰੜ ਲੈਬ ਭੇਜ ਦਿੱਤਾ ਹੈ। ਡਾਕਟਰ SS ਨਾਰੰਗ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਕੋਲ ਕੋਈ ਸਰਕਾਰੀ ਸਰਟੀਫਿਕੇਟ ਵੀ ਨਹੀਂ ਸੀ ਅਤੇ ਉਸ ਦਾ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਹੈ। ਸੈਂਪਲ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। SHO ਸਾਹਿਬ ਦਾ ਫੋਨ ਆਇਆ ਸੀ ਕਿ ਇੱਥੇ ਕੋਈ ਸਾਡੇ ਬਸਤੀ ਦੇ ਵਿੱਚ ਦੇਸੀ ਘਿਓ ਦਾ ਅਤੇ ਡਾਲਡੇ ਘਿਓ ਦਾ ਕੋਈ ਮਿਕਸ ਬਣਾ ਕੇ ਗਲਤ ਤਰੀਕੇ ਨਾਲ ਸੇਲ ਕਰ ਰਿਹਾ ਅਤੇ ਉਹਨਾਂ ਨੇ ਜਾ ਕੇ ਸਾਰਾ ਸਮਾਨ ਜ਼ਬਤ ਕੀਤਾ ਅਤੇ ਨਾਲ ਜਿਹੜਾ ਬਣਾਉਣ ਵਾਲਾ ਆਦਮੀ ਸੀ ਉਹਨੂੰ ਵੀ ਨਾਲ ਲੈ ਕੇ ਆਉਂਦਾ ਅਤੇ ਸਾਨੂੰ ਫਿਰ ਇਹਨਾਂ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਹੋਇਆ ਵੀ ਤੁਸੀਂ ਆ ਕੇ ਇਹਨਾਂ ਦੇ ਸੈਂਪਲ ਭਰੋ। ਅਸੀਂ ਸਾਰੀ ਮੈਂ ਆਪਣੀ ਟੀਮ ਦੇ ਨਾਲ ਸ਼੍ਰੀਮਤੀ ਰਾਸ਼ੂ ਮਹਾਜਨ ਜੋ ਕਿ ਫੂਡ ਐਂਡ ਸੇਫਟੀ ਆਫਿਸਰ ਆ, ਮਿਸਟਰ ਰੋਬਨ ਫੂਡ ਐਂਡ ਸੇਫਟੀ ਆਫਿਸਰ ਅਤੇ ਬਾਕੀ ਸਾਰੀ ਟੀਮ ਦੇ ਨਾਲ ਆ ਕੇ ਅਸੀਂ ਇਹਨਾਂ ਦਾ ਜਿਹੜਾ ਸਮਾਨ ਲਿਆ ਸੀ ਉਹਦਾ ਸਾਰਿਆਂ ਦੀ ਸੈਂਪਲਿੰਗ ਕੀਤੀ। ਬਾਕੀ ਅਸੀਂ ਇਹ ਸੈਂਪਲ ਸਾਰੇ ਸੀਲ ਕਰਕੇ ਕੱਲ੍ਹ ਸਵੇਰੇ ਖਰੜ ਆਪਣੀ ਕੈਮੀਕਲ ਲੈਬੋਰਟਰੀ ਜਿਹੜੀ ਉੱਥੇ ਭੇਜ ਦੇਣੇ ਹਾਂ ਅਤੇ ਅਗਲੀ ਕਾਰਵਾਈ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਕੀਤੀ ਜਾਏਗੀ। ਇਹਦੇ ਕੋਲ ਬਰਾਮਦੀ ਕੀ ਹੋਈ ਹੈ? ਇਹਨਾਂ 'ਤੇ ਬਰਾਮਦੀ ਹੋਈ ਆ ਦੇਸੀ ਘਿਓ ਹੋਇਆ, ਜਿਹੜਾ ਕਹਿ ਰਿਹਾ ਇਹ ਘਿਓ ਦੇ ਪੈਕਟ ਹੋਏ ਆ ਬਰਾਮਦ ਅਤੇ ਉਹ ਕੁਛ ਮਟੀਰੀਅਲ ਜਿਹੜਾ ਸੀਗਾ ਉਹਦੇ 'ਚ ਕੋਈ ਸਟਿੱਕਰ ਨਹੀਂ ਲਗਾਇਆ ਸੀ। ਇਹ ਕਦੀ ਘਿਓ ਕਹਿ ਰਿਹਾ, ਕਦੀ ਦੇਸੀ ਘਿਓ ਕਹਿ ਰਿਹਾ, ਕਦੀ ਡਾਲਡਾ ਕਹਿ ਰਿਹਾ, ਕੋਈ ਇਹਨੇ ਕੋਈ ਪੂਰਾ ਬਿਆਨ ਨਹੀਂ ਦਿੱਤਾ। ਇੱਕ ਇਹਦੇ ਟੈਂਪਰੇਰੀ ਤੌਰ 'ਤੇ ਸਟਿੱਕਰ ਆਏ ਆ ਜਿਹੜੇ ਕਿ ਟੈਂਪਰੇਰੀ ਫਰਜ਼ੀ ਤੌਰ 'ਤੇ ਪਤਾ ਨਹੀਂ ਕਿਹੜੀ ਫਰਮ ਵਾਲਿਆਂ ਨੂੰ ਬਣਾਏ ਸੀ, ਉਹ ਵੀ ਸਟਿੱਕਰ ਅਸੀਂ ਬਰਾਮਦ ਕੀਤੇ। ਸਰ ਉਹ ਸਟਿੱਕਰ ਰਜਿਸਟਰ ਹੈ ਜਾਂ ਕਿੱਦਾਂ ਸਰ? ਨਹੀਂ ਰਜਿਸਟਰ ਨਹੀਂ ਕੋਈ ਵੀ, ਕੋਈ ਐਡਰੈਸ ਨਹੀਂ, ਕਿੱਥੋਂ ਕੋਈ ਲਾਇਸੈਂਸ ਨੰਬਰ ਵਗੈਰਾ ਸਰ? ਕੁਛ ਨਹੀਂ ਅਤੇ ਨਾ ਹੀ ਇਹਦੇ ਕੋਲ ਕੋਈ ਫੂਡ ਸੇਫਟੀ ਦਾ ਕੋਈ ਜਿਹੜਾ ਸਰਟੀਫਿਕੇਟ ਗੌਰਮੈਂਟ ਦਾ ਆਉਂਦਾ ਉਹ ਵੀ ਹੈ ਨਹੀਂ। ਇਹ ਘਰ ਕੰਮ ਕਰਦਾ ਜੀ ਸਰ? ਕਿੱਥੇ? ਆਪਣੇ ਘਰ ਕੰਮ ਕਰਦਾ। ਠੀਕ ਹੈ ਸਰ, ਨਾਮ ਬੋਲ ਦਿਓ ਆਪਣਾ ਜੀ। ਡਾਕਟਰ SS ਨਾਂਗਲ, ਡਿਸਟ੍ਰਿਕਟ ਹੈਲਥ ਆਫਿਸਰ। ਠੀਕ ਹੈ ਜੀ। ਉਹਨਾਂ ਦਾ ਨਾਮ ਕੀ ਜਿਹੜਾ ਫੜਿਆ ਮੁੰਡਾ? ਪ੍ਰਿੰਸ ਅਰੋੜਾ। ਪ੍ਰਿੰਸ ਅਰੋੜਾ, ਠੀਕ ਹੈ। ਅੱਜ ਮੈਨੂੰ ਕਿਤੇ ਸੂਚਨਾ ਮਿਲੀ ਸੀ ਕਿ ਸਾਡੇ ਇੱਥੇ ਇਲਾਕੇ ਦੇ ਵਿੱਚ ਹਰਬੰਸ ਨਗਰ ਦੇ ਵਿੱਚ ਕੋਈ ਡਾਲਡਾ ਘਿਓ ਦੇਸੀ ਘਿਓ ਮਿਕਸ ਕਰਕੇ ਅਤੇ ਹੋਰ ਕੋਈ ਵਿੱਚ ਪਾ ਕੇ ਸਮਾਨ ਅਤੇ ਦੇਸੀ ਘਿਓ ਬਣਾਉਂਦਾ, ਜਿਸ 'ਤੇ ਮੈਂ ਆਪਣੇ ਪੁਲਿਸ ਪਾਰਟੀ ਨਾਲ ਉੱਥੇ ਰੇਡ ਕੀਤਾ ਅਤੇ ਮੈਂ ਫੂਡ ਸਪਲਾਈ ਅਫਸਰਾਂ ਨੂੰ ਵੀ ਟੈਲੀਫੋਨ ਕੀਤਾ ਜਿਹੜੇ ਇਹ ਵੀ ਹੁਣ ਮੌਕੇ 'ਤੇ ਆਏ ਆ ਜਿਨ੍ਹਾਂ ਨੇ ਸੈਂਪਲ ਭਰੇ ਆ। ਸਾਡੇ ਕੋਲ ਡਾਲਡਾ ਘਿਓ ਇਹਦੇ ਕਹਿਣ ਮੁਤਾਬਕ ਦੇਸੀ ਘਿਓ ਪਤਾ ਨਹੀਂ ਉਹਦੇ 'ਚ ਹੈ ਜਾਂ ਮਿਕਸ ਆ ਕੀ ਹੈ, ਉਹ ਕੁਛ ਉੱਤੋਂ ਉਹ ਸਟਿੱਕਰ ਬਰਾਮਦ ਕੀਤੇ ਆ, ਉਹ 'ਤੇ ਜੋ ਬਣਦੀ ਕਾਰਵਾਈ ਨਹੀਂ। ਸਰ ਇਹ ਪਤਾ ਚੱਲੇ ਹੋਲ ਸੇਲ ਕਰਦੇ ਦੁਕਾਨਾਂ 'ਤੇ ਵੇਚਦਾ ਸੀ ਅੱਗੇ? ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਨਵੈਸਟੀਗੇਸ਼ਨ ਪਤਾ ਚੱਲੇ। ਸਰ ਅਜੇ ਪੁੱਛ ਲਿਆ ਫੂਡ ਸਪਲਾਈ ਮਹਿਕਮੇ ਨੂੰ, ਕੋਈ ਰਜਿਸਟਰ ਨਹੀਂ। ਕਿਹੜੀ ਜਗ੍ਹਾ ਤੋਂ ਸਰ? ਇਹ ਹਰਬੰਸ ਨਗਰ। ਇਹ ਕਿੰਨਾ ਬੰਦੇ ਲੰਘ ਗਈ ਹੈ? ਪ੍ਰਿੰਸ ਰੋਡਾ।